ਕੂ ਪਾਤਰਾਂ ਦੇ ਹੱਥ ਵਿੱਚ ਜੋ ਹੁੰਦਾ ਹੈ ਉਸ ਨੂੰ ਉਜਾੜ ਦਿੰਦੇ ਹਨ ਅਤੇ ਸੂ ਪਾਤਰਾਂ ਦੇ ਹੱਥ ਖਾਲੀ ਹੋਣ ਤਾਂ ਵੀ ਉਹ ਆਪਣਾ ਪਸੀਨਾ ਮੋਤੀ ਬਣਾ ਕੇ ਇੰਦਰ ਕੁਬੇਰ ਵਰਗੀ ਵਿਭੂਤੀਆਂ ਤੋਂ ਭਰ ਲੈਂਦੇ ਹਨ ਪੰਡਿਤ ਸ਼੍ਰੀ ਰਾਮ ਸ਼ਰਮਾ ਆਚਾਰਿਆ ਪੁਸਤਕ ਦਾ ਨਾਮ ਸੂ ਪ੍ਰਜਨਨ ਭਾਵੀ ਪੀੜੀ ਦੀ ਨਵੀਂ ਸਿਰਜਣਾ ਪੁਸਤਕ ਦੀ ਜਾਣਕਾਰੀ ਵਿਅਕਤੀ ਤੋਂ ਲੈ ਕੇ ਰਾਸ਼ਟਰੀ ਪਦਰਥ ਅਸੀਂ ਜੋ ਵੀ ਯੋਜਨਾਵਾਂ ਬਣਾਉਂਦੇ ਹਨ ਉਹ ਭਵਿੱਖ ਨੂੰ ਧਿਆਨ ਵਿੱਚ ਰੱਖਦਿਆਂ ਬਣਾਈ ਜਾਂਦੀਆਂ ਹਨ ਪਰ ਭਵਿੱਖ ਦੀਆਂ ਯੋਜਨਾਵਾਂ ਵਿੱਚ ਸਭ ਤੋਂ ਮਹੱਤਵਪੂਰਨ ਯੋਜਨਾ ਜੇ ਕੋਈ ਹੈ ਤਾਂ ਉਹ ਹੈ ਭਵਿੱਖ ਦੀ ਪੀੜੀ ਦੀ ਸਿਰਜਣਾ ਕਿਉਂਕਿ ਸਥਾਈ ਅਤੇ ਅਸਲੀ ਤਾਕਤ ਅਤੇ ਸ਼ਾਨ ਬੂਤ ਸ਼ਖਸੀਅਤ ਦੇ ਨਿਰਭਰ ਹੈ ਇਸ ਲਈ ਉਜਵਲ ਭਵਿੱਖ ਦੀ ਰਚਨਾ ਜੇਕਰ ਜ਼ਰੂਰੀ ਹੋਵੇ ਤਾਂ ਉਸ ਦੇ ਲਈ ਭਵਿੱਖ ਦੀ ਪੀੜੀ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਇੱਕ ਲੰਬੀ ਯੋਜਨਾ ਬਣਾਈ ਜਾਣੀ ਚਾਹੀਦੀ ਹੈ ਅਤੇ ਇਸ ਨੂੰ ਕੰਬੀਰਤਾ ਤੋਂ ਲਾਗੂ ਕਰਨਾ ਚਾਹੀਦਾ ਹੈ ਸਵਾਲ ਇਹ ਉੱਡਦਾ ਹੈ ਕਿ ਆਉਣ ਵਾਲੀ ਪੀੜੀ ਦੀ ਸਿਰਜਣਾ ਦੇ ਲਈ ਕੀਤਾ ਜਾਵੇ ਮਾਪਿਆਂ ਦੀ ਮਾਨਸਿਕ ਅਤੇ ਸਰੀਰਿਕ ਬੰਤਰ ਦੇ ਅਨੁਸਾਰ ਸੰਤਾਨ ਦੀ ਸਿਹਤ ਅਤੇ ਬੁੱਧੀ ਵਿਵਵ ਦੀ ਗੱਲ ਵਿੱਚ ਬਹੁਤ ਸਾਰੀ ਸੱਚਾਈ ਹੈ ਇਸ ਲਈ ਜਦੋਂ ਚੰਗੀ ਸੰਸਕਾਰਵੰਤ ਸੰਤਾਨ ਪੈਦਾ ਕਰਨ ਦਾ ਸਵਾਲ ਆਉਂਦਾ ਹੈ ਉੱਥੇ ਇਸ ਗੱਲ ਦਾ ਧਿਆਨ ਰੱਖਣਾ ਜ਼ਰੂਰੀ ਹੋ ਜਾਂਦਾ ਹੈ ਕਿ ਮੂਲ ਸਰੋਤ ਦਾ ਸਤਰ ਕਿਹੋ ਜਿਹਾ ਹੈ ਜਿਆ ਹੈ ਬੀਜ ਚੰਗਾ ਹੋਵੇ ਇਹ ਤਾਂ ਜ਼ਰੂਰੀ ਹੈ ਹੀ ਨਾਲ ਹੀ ਉਹ ਜਿੱਥੇ ਪਾਲਨ ਪੋਸ਼ਣ ਅਤੇ ਵਿਕਸਤ ਹੁੰਦਾ ਹੈ ਉੱਥੇ ਦਾ ਵਾਤਾਵਰਣ ਕਿਹੋ ਜਿਹਾ ਹੈ ਇਸ ਦਾ ਧਿਆਨ ਰੱਖਣਾ ਵੀ ਬਹੁਤ ਜ਼ਰੂਰੀ ਹੈ ਤੁਹਾਡੇ ਸਾਹਮਣੇ ਪੇਸ਼ ਹੈ ਇਹ ਪੁਸਤਕ ਜੋ ਦੱਸਦੀ ਹੈ ਕਿ ਧਰਤੀ ਉੱਤੇ ਸਵਰਗ ਦਾ ਆਫਤਰਨ ਤਦ ਹੀ ਸੰਭਵ ਹੈ ਜਦੋਂ ਇੱਥੇ ਰਹਿਣ ਵਾਲੇ ਸਾਰੇ ਮਨੁੱਖਸਤਰ ਦੇਵ ਮਾਨਵ ਵਰਗਾ ਹੋਵੇ ਅਤੇ ਇਸ ਦੇ ਲਈ ਭਵਿੱਖ ਦੀ ਪੀੜੀ ਨਵ ਨਿਰਮਾਣ ਬਹੁਤ ਜ਼ਰੂਰੀ ਹੈ ਪੁਸਤਕ ਦੇ ਕੁਜ ਜਨ ਸੰਤਾਨ ਸਿਹਤਮੰਦ ਤੰਦਰੁਸਤ ਹੋਵੇ ਇਹ ਆਪਣੀ ਥਾਂ ਸਹੀ ਹੈ ਪਰ ਉਹ ਸੰਸਕਾਰवान ਹੋਵੇ ਪ੍ਰਤਿਭਾਵਾਨ ਹੋਵੇ ਅਤੇ ਉਲਟ ਹਾਲਾਤਾਂ ਵਿੱਚ ਵੀ ਤਰੱਕੀ ਕਰਨ ਦੀ ਸ਼ਕਤੀ ਰੱਖਦੀ ਹੋਵੇ ਇਹ ਬਹੁਤ ਜ਼ਰੂਰੀ ਹੈ ਜਿਵੇਂ ਡਾਕਟਰ ਇੰਜੀਨੀਅਰ ਸੈਨਿਕ ਸਕੂਲਾਂ ਵਿੱਚ ਦਾਖਲ ਹੋਣ ਤੋਂ ਪਹਿਲਾਂ ਵਿਦਿਆਰਥੀਆਂ ਦੀ ਮੁੱਢਲੀ ਯੋਗਤਾ ਜਾਂਚੀ ਜਾਂਦੀ ਹੈ ਉਸੇ ਤਰ੍ਹਾਂ ਬਾਲਕਾ ਦੇ ਪੈਦਾ ਕਰਨ ਦੀ ਆਗਿਆ ਵੀ ਸਮੁੱਚੇ ਸਮਾਜ ਤੋਂ ਲਈ ਜਾਣੀ ਚਾਹੀਦੀ ਹੈ ਤਾਂ ਜੋ ਕੋ ਪਾਤਰ ਉਸ ਕੰਮ ਵਿੱਚ ਹੱਥ ਪਾ ਕੇ ਮਨੁੱਖੀ ਭਾਈਚਾਰੇ ਨੂੰ ਨੁਕਸਾਨ ਨਾ ਪਹੁੰਚਾ ਸਕਣ ਜੇਕਰ ਮਨੁੱਖ ਸਹੀ ਅਰਥਾਂ ਵਿੱਚ ਮਨੁੱਖ ਹੋਵੇ ਤਾਂ ਉਹ ਇੰਨਾ ਸ਼ਕਤੀਸ਼ਾਲੀ ਸਿੱਧ ਹੁੰਦਾ ਹੈ ਕਿ ਉਸ ਉੱਤੇ ਵਿਸ਼ਾਲ ਹਥਿਆਰਾਂ ਦਾ ਭੰਡਾਰ ਅਤੇ ਰਤਨ ਭੰਡਾਰ ਵੀ ਕੁਰਬਾਨ ਕੀਤੇ ਜਾ ਸਕਦੇ ਹਨ ਬੰਜਰ ਭੂਮੀ ਵਿੱਚ ਕੁਝ ਵੀ ਵਿਜਿਆ ਜਾਵੇ ਕਿਸੇ ਤਰ੍ਹਾਂ ਦੀ ਸਿੰਚਾਈ ਦਾ ਇੰਤਜ਼ਾਮ ਕੀਤਾ ਜਾਵੇ ਕੁਝ ਨਹੀਂ ਹੋ ਸਕਦਾ ਕਿਉਂਕਿ ਜਦੋਂ ਭੂਮੀ ਹੀ ਕਿਸੇ ਸੇ ਕੰਮ ਦੀ ਨਹੀਂ ਅਤੇ ਬੀਜ ਨੂੰ ਵੀ ਘੁਣ ਲੱਗਿਆ ਹੋਇਆ ਹੈ ਉਸ ਵਿੱਚ ਕੀ ਪੈਦਾ ਹੋਵੇਗਾ ਆਮ ਸੁਭਾ ਅਤੇ ਗੁਜ਼ਾਰਾ ਕਰਨ ਵਾਲੇ ਲੋਕਾਂ ਦੇ ਬੱਚਿਆਂ ਨੂੰ ਵੀ ਸਧਾਰਨ ਸਤਰ ਨਾਲ ਨਿਰਵਾਹ ਕਰਦੇ ਦੇਖਿਆ ਗਿਆ ਹੈ ਪਰ ਜਿੰਨਾ ਵਿੱਚ ਪ੍ਰਤਿਭਾ ਹੁੰਦੀ ਹੈ ਉਹਨਾਂ ਦੀ ਪੀੜ੍ਹੀਆਂ ਵਿੱਚ ਕੁਝ ਅਜਿਹੇ ਅਸਧਾਰਨ ਤੱਤ ਪਾਏ ਜਾਂਦੇ ਹਨ ਜਿਨ੍ਹਾਂ ਵਿੱਚ ਪਰਿਵਾਰਕ ਸਤਰ ਨੂੰ ਨਾ ਕਰਕੇ ਅਜਿਹੇ ਬੱਚੇ ਜਨਮ ਲੈਂਦੇ ਹਨ ਜਿਨ੍ਹਾਂ ਨੂੰ ਚੰਗੇ ਮਾੜੇ ਪੱਧਰ ਤੇ ਵਿਸ਼ੇਸ਼ ਕਿਹਾ ਜਾ ਸਕਦਾ ਹੈ ਦੇਵ ਮਾਨਵਾਦਾ ਨਿਰਮਾਨ ਸੰਸਕਾਰ ਵਨ ਪਤੀ ਪਤਨੀ ਹੀ ਕਰ ਪਾਉਂਦੇ ਹਨ ਸਤਰ ਬਦਲੇ ਬਿਨਾ ਚੰਗੀ ਸੰਤਾਨਾਂ ਨੂੰ ਜਨਮ ਦੇਣਾ ਸੰਭਵ ਨਹੀਂ ਹੈ ਇਸ ਲਈ ਸ਼ੁਰੂਆਤ ਉੱਥੋਂ ਹੀ ਕਰਨੀ ਹੋਵੇਗੀ ਜਿੱਥੇ ਉਤਪਾਦਕਾਂ ਦਾ ਸਤਰ ਸਾਧਨਾ ਸਾਧਨਾ ਦੀ ਪ੍ਰਕਿਰਿਆ ਰਾਹੀਂ ਲੋੜਿੰਦੇ ਉਦੇਸ਼ ਨੂੰ ਸਫਲ ਸਮਰਥ ਬਣਾਇਆ ਜਾ ਸਕੇ ਪੰਜ ਇੰਦਰੀਆਂ ਅਤੇ ਮਨ ਤੋਂ ਹੀ ਲੋਕ ਅਨੇਕਾ ਕੁਕਰਮ ਕਰਦੇ ਹਨ ਪਰ ਜੇਕਰ ਇਨਾਂ ਤੇ ਕਾਬੂ ਰੱਖਣ ਅਤੇ ਚੰਗੇ ਕਰਮ ਕਰਨ ਦਾ ਇਨਾਂ ਰਾਹੀਂ ਸੁਖ ਅਤੇ ਸ਼ਾਂਤੀ ਪ੍ਰਾਪਤ ਕਰ ਸਕਦੇ ਹਨ ਪੁਸਤਕ ਦੇ ਕੁਝ ਬਿੰਦੂ ਉਜਵਲ ਭਵਿਕ ਚੰਗੀ ਸਾਂ ਉੱਤੇ ਨਿਰਭਰ ਕਰਦਾ ਹੈ ਪ੍ਰਜਨਨ ਲਈ ਇੰਦਰੀ ਸੰਯਮ ਦੀ ਲੋੜ ਦੇਵ ਮਾਨਵਾਂ ਦੀ ਸਿਰਜਣਾ ਲਈ ਪੇਸ਼ ਕੁਝ ਮਹੱਤਵਪੂਰਨ ਸੁਝਾਅ ਮਨੁੱਖ ਜਾਤੀ ਨੂੰ ਸੁਧਾਰਨ ਵਿੱਚ ਅਨੁਵੰਸ਼ਕੀ ਦੇ ਪ੍ਰਯੋਗ ਵਿਰਾਸਤ ਨੂੰ ਪ੍ਰਭਾਵਿਤ ਕਰਨ ਵਾਲੇ ਵਾਤਾਵਰਣ ਦੀ ਸੁੱਖਮ ਸ਼ਕਤੀ